ਕੱਲ ਨਿਕਲ ਸੋ ਤੇ ਸਾਰੇ ਤੁਹਾਡੇ ਨਾਲ। ਤੋ ਲੁਤਫ ਲੈ ਲਿਆ ਤੁਸਾਂ ਵੀ, ਸਲਮਾਨ ਨੇ ਗੱਲ ਕਰ ਲਈ, ਫਰਮਾ ਲੈ ਵੀ ਸਲਮਾਨ ਇੰਜ ਕਰ ਤੇ ਜਲਦੀ ਕਰ ਤੇ ਦੇਰ ਨਾ ਲਾ, ਅਗਰ ਸਾਰੇ ਤਿਆਰ ਹੈ ਨਾ ਜਾ ਮੇਰੀ ਤਰਫੋਂ ਮਦੀਨੇ ਦੇ ਚੌਕ ਚ ਖਲੋ ਕੇ ਐਲਾਨ ਕਰ ਆ, ਉਸ ਜਲਦੀ ਦੱਸੋ ਏਡਾ ਭਾਵੇਂ ਪੁੱਟਣਾ ਤੁਹਾਡੀ ਮੁਹੱਬਤ ਜਵਾਨ ਆ, ਏਡਾ ਉੱਚਾ ਐਲਾਨ ਕਰਾਂ ਜੋ ਡੋਰੇ ਹੀ ਸੁਣੇ ਡੋਰੇ, ਜਿਹੜਾ ਕਮਰੇ ਤੋਂ ਵੱਲ ਅਗਰੇ ਕਮਰੇ ਤੇ ਮੁੜ ਵੱਲ ਲੱਗਰੇ ਕਮਰੇ ਤੇ ਮੁੜ ਰਿਜਾਈ ਲਿਪਟਾ ਪਿਓ ਇਵੇਂ ਸੁਣੇ ਜਿਵੇਂ ਸਪੀ ਕਰਦੀ ਆਵਾਜ਼। ਐਲਾਨ ਦੱਸਿਆ ਪਾਕ ਰਸੂਲ ਨੇ, ਸਲਮਾਨ ਕੀਤਾ ਮਦੀਨੇ, ਤੁਹਾਡਾ ਦਿਲ ਹੋ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ, ਨਹੀਂ ਦਿਲ ਤਾਂ ਰਹਿਣ ਦਿੰਦੇ ਸਲਮਾਨ ਪੇ ਮਦੀਨੇ ਦੇ ਚੌਕੇ ਚ, ਮਦੀਨੇ ਚੌਕੇ ਸਲਮਾਨ ਸ਼ਾਇਦ ਹੀ ਆ ਕੇ ਕਮਰ ਸਿੱਧੀ ਕੀਤੀ ਸੀ, ਅਸਦ ਜ਼ੋਰ ਦਿੱਤਾ ਸੀ, ਨਾਲ ਮੁਹੱਬਤ ਮੁਵੱਦਤ ਵਿਲਾਇਤ ਵਾਲੀ ਤਾਕਤ ਜਮ੍ਹਾਂ ਕੀਤੀ ਸੀ ਪੂਰੀ ਤਾਕਤ ਨਾਲ। ਸਲਮਾਨ ਆਦਾ ਮਦੀਨੇ ਵਾਲੋ, ਮੈਂ ਸਲਮਾਨ ਫਾਰਸੀ ਬੋਲ ਰਿਹਾ, ਨਹੀਂ ਤੁਸੀਂ ਤੈਨੂੰ ਜੁਮਰਾ ਲੁਤਫ ਨਹੀਂ ਲਿਆ, ਮੈਂ ਐਲਾਨ ਪੜਦਾ ਹੀ ਨਹੀਂ ਕਰਕੇ ਸਲਮਾਨ, ਇਹ ਸਲਮਾਨ ਦੀ ਆਵਾਜ਼ ਇੰਜ ਗਈ ਨਾ ਮਦੀਨੇ ਚ, ਸਾਰੇ ਹੋ ਗਏ ਇੰਜ ਮੁਤਵਜੇ, ਉਹ ਢੇਰ ਮੁਤਵਜੇ ਹੋ ਗਏ, ਤੁਸਾਂ ਇਹਦੇ ਨਾਲ ਕੋਈ ਨਹੀਂ ਹੋਏ, ਉਹਨਾਂ ਕਿ ਓਏ ਓਏ ਰਾਤ ਢੇਰ ਸਾਰੀ ਲੱਗ ਗਈ, ਆਵਾਜ਼ ਸਲਮਾਨ ਦੀ ਹੈ ਤੇ ਐਸੇ ਲਈ ਐਲਾਨ ਹੈ, ਗੌਰ ਕਰੋ ਇਨਸ਼ਾਅੱਲਾ ਖੈਰ ਹੋਵੇ। ਲੈ ਜੀ ਉਹ ਮੁਤਵਜੇ ਪਤਨੀ ਨੂੰ ਤੁਸੀਂ ਹੋ ਗਏ ਹੋ ਸੋ, ਮਦੀਨੇ ਵਾਲੋ ਮੈਂ ਸਲਮਾਨ ਫਾਰਸੀ ਬੋਲ ਰਿਹਾ, ਬਈ ਹਜ਼ੂਰ ਫਰਮਾ ਰਹੇ ਬਿਸ਼ੱਕ ਸਾਰੇ ਆ ਜਾਓ, ਵੱਡੇ ਛੋਟੇ ਬੁੱਢੇ ਬੱਚੇ ਬਿਸ਼ੱਕ ਬੀਬੀਆਂ ਸਮੇਤ ਆ ਜਾਓ, ਫਰਮਾ ਰਹੇ ਅਸਾਂ ਕਿਸੇ ਨੂੰ ਰੋਕਣਾ ਨਹੀਂ, ਬਿਸ਼ੱਕ ਸਾਰੇ ਆ ਜਾਓ, ਪਰ ਇੱਕ ਗੱਲ ਦਿਲ ਵਿੱਚ ਰੱਖ ਕੇ ਆਇਆ ਹੈ, ਮੈਦਾਨ ਤੂੰ ਜੀਂਦਿਆਂ ਕਰ ਉਸੇ ਵੱਲਣਾ ਜੇ ਜ਼ਿੰਦਗੀ ਭਰ ਝੂਠ ਨਾ ਬੋਲੇ ਹੋਇਆ, ਪਰੇਸ਼ਾਨ ਹੈ ਬੇਟਾ ਪਰੇਸ਼ਾਨ ਹੈ ਤੂੰ ਬੇਟਾ, ਖੁੱਲਾ ਖੁੱਲਾ ਚਿਹਰਾ ਰੱਖ ਕੇ ਸੁਣ ਲੈ, ਖਿਲਾ 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 ਖਿਲਾ, ਮੈਂ ਸਲਾਮ ਕਰਦਾ ਚਿਹਰਾ ਖਿਲਾ ਖਿਲਾ, ਜਿਹਨੇ ਉਸੇ ਵੱਲਣਾ ਜੇ ਜ਼ਿੰਦਗੀ ਭਰ ਝੂਠ। ਸਲਮਾਨ ਐਲਾਨ ਕਰਦੇ ਗਏ ਸਾਰਿਆਂ ਦੀ ਤਬੀਅਤ ਖਰਾਬ ਥੀ ਗਈ, ਹੁਣ ਬੈਠੇ ਤਾਂ ਹਮ ਵੀ ਨਹੀਂ ਜਾਏਂਗੇ, ਮੈਂ ਵੀ ਚੁਣ ਚੁਣ ਕੇ ਫੁੱਲ ਪੇਸ਼ ਪਿਆ ਕਰਦਾ, ਆ ਗਿਆ ਨਜ਼ਦੀਕ, ਆ ਗਿਆ ਨਜ਼ਦੀਕ, ਆ ਗਿਆ ਨਜ਼ਦੀਕ, ਇਹ ਤਾਂ ਸਾਰੇ ਤਸ਼ਰੀਫ ਫਰਮਾ ਜੀ, ਆਓ ਅਸਾਂ ਚੱਲੀਏ ਹਜ਼ੂਰ ਦੇ ਪਿੱਛੇ ਪਿੱਛੇ ਕਿ ਹਜ਼ੂਰ ਕਿਤੇ ਗਏ, ਹੁਣ ਜਿਹੜਾ ਪਿੱਛੇ ਰਹਿ ਗਿਆ ਉਹਦਾ ਨਸੀਬ ਚਲਦੇ 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 ਸਦਕੇ ਜਾਵਾਂ, ਲੱਖ ਲੱਖ ਸਲਾਮ ਕਰਾਂ, ਪਾਕ ਰਸੂਲ ਹਜ਼ੂਰ ਦਰਵਾਜ਼ਾ ਜਨਾਬ ਸੈਯਦਾ ਸਲਾਮੁੱਲਾ ਅਲੈਹ ਤੇ ਆਏ, ਇੰਜ ਕਰਕੇ ਰਸਾਲਤ ਮਾਮ ਨੇ ਪਾਕ ਦਰਵਾਜ਼ੇ ਹੱਥ ਫਰਮਾਇਆ ਬਿਸਮਿਲਲਾਹ ਰਹਿਮਾਨ ਰਹੀਮ, ਇਨਮਾ ਯੂਰੀਦੁਲਲਾਹੁ ਲਯੁਜ਼ਹਿਬਾ ਅਨਕੁਮ ਰਿਜ਼ਸਾ ਅਲ ਬੈਤ ਵਯੁਤਹਿਰਕੁਮ ਤਤਹੀਰਾ, ਅਸਲਾਮੁ ਅਲੈਕੁਮ ਯਾ ਅਹਲ ਬੈਤ ਨਬੂਵਾ, ਅਹਲ ਬੈਤ ਨਬੂਵਤ, ਮੈਂ ਅੱਲਾ ਦੇ ਨਬੀ ਨੂੰ ਇਜਾਜ਼ਤ ਹੈ ਮੈਂ ਅੰਦਰ ਆ ਜਾਵਾਂ, ਚਾਰੇ ਪਾਕ ਤਸੀ ਮੇਰੀ ਸਾਰਤ ਮਾਂ ਵਾਸਤੇ ਖੜੇ ਹੋ ਗਏ, ਜਨਾਬ ਅਲੀ ਅਲੈਹਿਸ ਸਲਾਮ, ਜਨਾਬ ਸੈਯਦ ਅਸਲਾਮ ਉੱਲਾਹ, ਜਨਾਬ ਹਸਨ ਅਲੈਹਿਸ ਸਲਾਮ, ਜਨਾਬ ਹਸਨ ਇਹਦੇ ਖੜੇ, ਇਹਦੇ ਪਾਕ ਰਸੂਲ ਖੜੇ,
پاک رسول حضور نچواں دی زیارت تو مشرف ہو رہے نے، چارے پاک رسول حضور دی زیارت تو شرف. پہلے نچواں نال گل کیتی ہے پاک رسول حضور نے، او دا جواب دیتا ہے بی بی پاک نے، او دا جواب دیتا ہے پھر پاک رسول نے. انہیں سننا جی میں تو ونڈ کر کے پہ دسنا، پہلے حضور پاک نے، جواب بی بی پاک نے، پھر پاک رسول نے. فرمایا یا علی تیاری کرو مبالے تے جانا ہے، حضور فرما لے یا علی تیاری کرو مبالے تے جانا ہے، میرے لخت جگر تیاری کرو مبالے تے جانا ہے، میرے حسن تیاری کرو مبالے تے جانا ہے، میرے حسین تیاری کرو مبالے تے جانا ہے، میرے دل کردا ہے کئی ویر دھاواں تے ہاں ٹھردا رہے، ادھر یاری تیاری کرو مبالے تے جانا ہے، میری نور نظر تیاری کرو مبالے تے جانا ہے، میری جان حسن تیاری کرو مبالے تے جانا ہے، میرے لخت دو جگر حسین تیاری کرو مبالے تے جانا ہے. حضور اکبر تیاری کرو، بیبی ادھر بابا جان بسم اللہ کراں، بابا جان لکھ لکھ سلام کراں، بابا جان بسم اللہ کراں، تو سمجھ جا رہے ہو جناب علی بھی جا رہے ہیں، میرا حسن بھی جا رہا ہے، میرا حسین بھی جا رہا ہے، تو میں ہاں پردے دار، میں گھر تو باہر کدی گئی نہیں، میں ہاں پردے دار، میں گھر تو باہر کدی گئی نہیں، میری کیا ضرورت ہے؟ سدگی بھر یاد رکھنا حضور ادنو، میری طیبہ او میری طاہرہ او میری زکیہ او میری تقیہ او میری نقیہ او میری راضیہ او میری مرضیہ او میری عالمہ، تو نے چہرے نہیں کھلے منڈو شروع کردا، ادنو میری طیبہ او میری طاہرہ او میری زکیہ او میری تقیہ میری نقیہ میری راضیہ میری مرضیہ میری عالمہ میری عابدہ میری ساجدہ میری راکیہ میری محدثہ میری محدثہ میری شریفہ میری مشرفہ میری کریمہ میری مکرمہ میری عظیمہ میری معصمہ میری شفیعہ روزے جیسا او میری مریم کبریٰ او میری صدیقہ او میری پاک او میری بتول او میری سچی او میری سید رسال عالمین بیٹی، جس طرح قرآن جس طرح قرآن جس طرح قرآن ساڈے بغیر کافی نہیں، اساں تیرے بغیر کافی نہیں. اللهم صل على محمد وعلى محمد. جس طرح قرآن ساڈے بغیر کافی نہیں، یہ جملہ نہیں سمجھ آیا تو تھوڑی شرح کر دینا. حضرت میں ترائے دہاڑے قرآن پڑھے، قرآن میں کافی نہیں ہویا، اللہ میں تواڈے دروازے تے بھیجے. ایک بندہ ہی سمجھے تو حق ادا ہو گیا، اللہ میں تواڈے دروازے بھیجے. میری بیٹی تین چلنا پونے، بچے اور نوجوان طبقہ زیادہ دن گل بحال ہے. 24 ذلحج دے سورج نے سرزمین مدینے تے طلوع کیتا، تو جہاں ڈٹھا خالہ جا رسول اللہ صلی اللہ علیہ وآلہ وسلم محتضن للحسین، ایتھے امام حسین علیہ السلام نو چاہیو جا آو خزان بید الحسن علیہ السلام، تن حسن علیہ السلام دنگلی نپی ہوئی، خلفہو سید نساء العالمین سلام اللہ علیہ، پیچھے پیچھے بی بی پاک، وخلفہو علی ابن ابی طالب علیہ السلام والسلام، پیچھے پیچھے جناب علی علیہ السلام. کرو کتنے چلے جی، ہولے نہیں آخنا، زور لا کے آخنا، پانچ بھی نہیں آخنا، پنج آخنا، پانچ جو بڑا لطف ہے، پانچ جو ڈھل لگ ہوئے دی، تو اپنی زبان بولو قبل، پانچ بھی یہ کھانا نہیں تو ہمت قابو کر لو، یہ پانچ آکھ سو تو میں تو نہیں نہ ودھنا. ایتھے تواڈے لکھی ویسی میں اس امام بارگاہ چ بہ کے تائید کیتی آئی، بار بھی میری آواز جی تک جا رہی ہے، گھر جڑا بیٹھا ہو بندہ پانچ لفظ آ کے اجر محفوظ کر لے. موبائل چ کتنے گئے نہیں، تو زور ہی نہیں لایا، اے فضا گونجے بھائی، پھر شروع کر دیں. مبالج کتنے گئے، مبالج کتنے گئے، مبالج کتنے گئے، سچ کے جاوا کتنے گئے، کتنے گئے، پانچ. میں تو پانچ بار یہ کھایا،
ਅੱਜ ਤੁਹਾਡਾ ਮਹਿਫੂਜ਼। ਹੁਣ ਮੈਂ ਤੂੰ ਪੁੱਛੋ ਪੰਜ ਵਾਰੀ ਅਖਵਾਇਆ ਕਿਉਂ ਹੈ, ਰਾਜ਼ ਹੈ ਰਾਜ਼ ਕਿਆ? ਇਸ ਸ਼ਹਿਰ ਤੋਂ ਲੈ ਕੇ ਮਸ਼ਰਕ ਤੱਕ, ਮਗਰਬ ਤੱਕ, ਮਸਜਿਦ ਨਬੀ ਤੱਕ, ਮੱਕਾ ਮੌਸਮਾ ਤੱਕ, ਜਹਾਨ ਦੇ ਕਿਥਾਂ ਹੀ ਚਲੇ ਜਾਓ, ਮਸਜਿਦ ਨਬੀ ਦੇ ਇਮਾਮ ਕੋਲ ਚਲੇ ਜਾਓ, ਮਸਜਿਦ ਹਰਾਮ ਦੇ ਇਮਾਮ ਕੋਲ ਚਲੇ ਜਾਓ, ਦਿਓਬੰਦ ਚਲੇ ਜਾਓ, ਬਰੇਲਵੀਆਂ ਕੋਲ ਚਲੇ ਜਾਓ, ਕਿਸੇ ਫਕੀਰ, ਕਿਸੇ ਮੁਹੱਦਿਸ, ਕਿਸੇ ਸ਼ੇਖ ਉਲ ਕੁਰਾਨ, ਕਿਸੇ ਸ਼ੇਖ ਉਲ ਹਦੀਸ, ਕਿਸੇ ਸ਼ੇਖ ਉਲ ਇਸਲਾਮ, ਉਹਦੇ ਸ਼ੇਖ ਉਲ ਹਦੀਸ ਕੋਲ ਚਲੇ ਜਾਓ, ਕੁਰਾਨ ਸਾਹਮਣੇ ਰੱਖੋ, ਆਇਤ ਕੱਢੋ, ਮੌਲਾਨਾ ਇਹ ਕੁਰਾਨ ਹੈ, ਇਹ ਵਿੱਚ ਆਇਤ ਹੈ, ਇਸ ਦਾ ਨਾਂ ਆਇਤ ਮਬਾਲਾ। ਅਸਾਂ ਪੁੱਛਣ ਇਹ ਆਇਆ ਹੈ, ਹੁਣ ਸਾਰਾ ਮੇਰਾ ਸਮਝਣਾ ਨੇ, ਪੁੱਛਣ ਇਹ ਆਇਆ, ਮਸਜਿਦ ਨਬੀ 'ਚ ਬੈਠੇ ਹੋ, ਕਾਬੇ 'ਚ ਬੈਠੇ ਹੋ, ਮਸਜਿਦ 'ਚ ਬੈਠੇ ਹੋ, ਇਬਾਦਤ ਵਾਲੀ ਜਾਤ 'ਤੇ ਬੈਠੇ ਹੋ, ਸੱਚੀ ਜਾਤ 'ਤੇ ਬੈਠੇ ਹੋ, ਪੁੱਛਣ ਇਹ ਆਇਆ ਕਿ ਸਨ ਇਹ ਦੱਸੋ ਕਿ ਮੁਬਾਹਲੇ 'ਚ ਕਿਤਨੇ ਗਏ। ਉਦੋਂ ਸਵਾਲ ਪਕੜ, ਤੁਸੀਂ ਆਖ ਲਿਆ, ਉਸ ਕੋਲ ਪੁੱਛਦੇ ਪਏ ਮੌਲਾਨਾ ਸਾਹਿਬ ਕੋਲੋਂ, ਜਨਾਬ ਇਮਾਮ ਕੋਲੋਂ, ਮਸਜਿਦ ਨਬੀ ਦੇ ਇਮਾਮ, ਕਾਬੇ ਦਾ ਇਮਾਮ, ਉਸ ਕੋਲ ਪੁੱਛਦੇ ਪਏ ਮੌਲਾਨਾ ਫਰਮਾਓ ਮੁਬਾਹਲੇ 'ਚ ਕਿਤਨੇ ਗਏ। ਇੱਥੋਂ ਭਾਵੇਂ ਔਖਾ ਸੀ, ਅੱਖ ਸੀ ਪੰਜ, ਇੱਥੋਂ ਭਾਵੇਂ ਔਖਾ ਸੀ ਨਾ, ਅੱਖ ਸੀ ਕਿਆ ਸੀ ਬਾਬਾ ਜੀ, ਪੰਜ ਗਏ ਮੋਬਾਈਲਾਂ 'ਚ। ਇੱਥੇ ਹਾਲੇ ਰਾਜ਼ ਹੈ ਦੋ ਤਰਾ, ਆਖੋ ਦੱਸ ਦੇਣ ਦੇ ਇਖਤਸਾਬ ਕਰ ਲੈਣ, ਤਰਤੀਬ ਕੀ ਆਈ ਬਈ, ਇੱਥੇ ਬਾਬੇ ਅਸਲ, ਇੱਥੇ ਬਾਬੇ ਮੁਸੈਲ, ਪਾਕ ਰਸੂਲ, ਪਿੱਛੇ ਵੀ ਪਾਕ, ਪਿੱਛੇ ਪਿੱਛੇ ਅਲੀ ਅਲੈਹਿਸ ਸਲਾਮ। ਇਸ਼ਾਰਾ ਕਰ ਲਵਾਂ, ਜਿਵੇਂ ਜਿਵੇਂ ਆਇਤ ਜਾ ਰਹੀ ਉਂਝ ਉਂਝ ਪੰਜ ਜਾ ਰਹੇ, ਜਿਵੇਂ ਜਿਵੇਂ ਆਇਤ ਜਾ ਰਹੀ ਹੈ ਉਂਝ ਉਂਝ। ਹੁਣ ਆਇਤ ਨਾਲ ਪੜ੍ਹਾ ਫਿਰ ਸਮਝੇ, ਸੋ ਅਬਨਾਨਾ ਵਨਿਸਾਨਾ ਵਨਫੁਸਨਾ, ਫਿਰ ਫਿਕਰ ਮੈਂ ਨਾ ਕਰਾਂ, ਵੱਲ ਪੜ, ਮੈਂ ਲੁਤਫ ਆਪ ਤਾਂ ਲਵਾਂ, ਜਿਵੇਂ ਜਿਵੇਂ ਆਦਿ ਤਰਤੀਬ ਹੈ ਨਾ, ਪੰਜ ਉਂਝ ਹਜ਼ਾਰ ਅਬਨਾਨਾ ਨਿਸਾਨਾ ਪਿੱਛੇ ਅਨਫੁਸਨਾ, ਕਰੋ ਕਿਤਨੇ ਚੱਲੇ, ਥੋੜ੍ਹੀ ਜਿਹੀ ਪਹਿਲੇ ਥੋੜ੍ਹੀ ਜਿਹੀ ਬਹਿਸ ਕੀਤੀ ਹੈ, ਅਬਨਾਨ ਨਿਸਾ ਅਤੇ ਅਨਫੁਸ, ਉਹਦਾ ਮਾਨਾ ਕੀ ਹੈ ਵੀ ਅਬਨਾ ਦਾ ਮਾਨਾ ਹੈ ਕਮ ਅਜ਼ ਕਮ ਤਰੇ, ਜ਼ਿਆਦਾ ਜਿਤਨੇ ਹੋ ਜਾਣ, ਨਿਸਾ ਦਾ ਮਾਨਾ ਕੀ ਕਮ ਅਜ਼ ਕਮ ਤਰੇ ਬੀਬੀਆਂ ਜ਼ਿਆਦਾ ਜਿਤਨੀਆਂ ਹੋ ਜਾਣ, ਅਨਫੁਸ ਦਾ ਮਾਨਾ ਕੀ ਹੈ ਕਮ ਅਜ਼ ਕਮ ਤਰੇ ਸੱਜਣ ਜ਼ਿਆਦਾ ਜਿਤਨੇ ਹੋ ਜਾਣ। ਆ ਮੁਸਲਮਾਨ ਰਲ ਬਾਨੇ ਆ, ਰਲ ਬਾਨੇ ਆ, ਰਲ ਬਾਨੇ ਆ, ਅਬਨਾ ਦਾ ਮਾਨਾ ਕਮ ਅਜ਼ ਕਮ ਤਰੇ ਬੇਟੇ ਜ਼ਿਆਦਾ ਜਿਤਨੇ ਹੋ ਜਾਣ, ਨਿਸਾ ਦਾ ਮਾਨਾ ਕਮ ਅਜ਼ ਕਮ ਤਰੇ ਬੀਬੀਆਂ ਜ਼ਿਆਦਾ ਜਿਤਨੀਆਂ ਹੋ ਜਾਣ, ਅਨਫੁਸ ਦਾ ਮਾਨਾ ਜਨਾਬ ਕਮ ਅਜ਼ ਕਮ ਤਰੇ ਸੱਜਣ ਕਰੀਬੀ ਜਾਂ ਨਿਸਾ ਜ਼ਿਆਦਾ ਜਿਤਨੇ ਹੋ ਜਾਣ। ਹਜ਼ੂਰ ਅਬਨਾ ਦੀ ਜ਼ਿਆਦਾ ਲੈ ਕੇ ਚੱਲੇ ਦੋ ਨਵਾਸੇ, ਇਮਾਮ ਹਸਨ ਅਤੇ ਇਮਾਮ ਹੁਸੈਨ ਨੇ ਮੁਸਲਾਮ, ਨਿਸਾ ਜ਼ਿਆਦਾ ਇੱਕ ਬੇਟੀ, ਪਾਕ ਸੈਨ ਸਲਾਮੁੱਲਾ ਲਿਹਾ, ਅਨਫੁਸ ਜ਼ਿਆਦਾ ਇੱਕ ਜਨਾ ਅਲੀ ਅਲੈਹਿਸ ਸਲਾਮ ਲੈ ਕੇ ਚੱਲੇ। ਆ ਮੁਸਲਮਾਨ, ਆਇਤ ਰੋਕਦੀ ਨਹੀਂ, ਆਇਤ ਦੇ ਜਿਤਨੇ ਅਬਨਾ ਲੈ ਕੇ ਆਓ, ਜਿਤਨੇ ਨਿਸ਼ਾਨ ਲੈ ਕੇ ਆਓ, ਜਿਤਨੇ ਆਇਤ ਰੋਕਦੀ ਨਹੀਂ, ਆਇਤ ਆਇਤ ਜਿਤਨੇ ਲਿਆ ਆ। ਮੈਂ ਨਹੀਂ ਜੁਮਲਾ ਮੁਕੰਮਲ ਕਰਦਾ, ਮੁਸਲਮਾਨ ਆ, ਜੇ ਝਗੜਾ ਮੁਕਾਉਣਾ ਹੀ ਤਾਂ ਅੱਜ ਮੁੱਕਦਾ ਹੀ, ਜੇ ਰੋਲਾ ਝਗੜਾ ਮੁਕਾਉਣਾ ਹੀ ਤਾਂ ਅੱਜ ਮੁੱਕਦਾ ਹੀ, ਕਿਹਾ ਜਾਂ ਤੋਂ ਅੱਜ ਇਹਨਾਂ ਪੰਜਾਂ ਨਾਲ ਛੇਵਾਂ ਬੰਦਾ ਵਿਖਾ, ਜੇ ਛੇਵਾਂ ਲੱਭ ਜਾਏ ਆ ਤੇਰੇ ਹੱਥ ਬੈਅਤ ਕਰਸਾਂ, ਟੁਰਿਆ ਕੋਈ ਨਹੀਂ ਲੱਭਦੀ ਕਿੱਥੋਂ, ਜੇ ਨਾ ਲੱਭੇ ਤੇ ਵੰਜਨ ਸਿਰ ਪੰਜ, ਮੁੜ ਮਰ ਜਾਣਾ ਤੇ ਕਿਆਮਤ ਦੇ ਦਿਹਾੜੇ ਪੇਸ਼ੀ ਹੈ, ਮੁੜ ਸਿਰ ਤੁਸਾਂ ਹੀ ਛੋੜੋ, ਕਮ ਅਜ਼ ਕਮ 24 ਜਲਹਜ 9 ਹਿਜਰੀ ਤੇ ਮੰਨੋ ਨਾ ਅੱਲਾ ਦੀ ਸਾਰੀ ਕਾਇਨਾਤ ਜਿਹਨਾਂ ਪੰਜਾਂ ਜਿਹਾ ਹੋਰ, ਇੱਕ ਹੋਰ ਇਸ਼ਾਰਾ, ਇੱਕ ਹੋਰ ਇਸ਼ਾਰਾ, ਇਹ ਇਸ਼ਾਰੇ ਤੂੰ ਪ੍ਰਸੰਦ ਨਹੀਂ ਹੋ ਰਹੇ, ਕੋਈ ਇੱਕ ਇੱਕ ਗਲਤ ਤੁਹਾਨੂੰ ਯਾਦ ਰਹਿ ਜਾਏਗੀ ਨਾ, ਇੱਕ ਇਸ਼ਾਰਾ ਹੋਰ ਹੈ ਜੀ,
ਇੱਕ ਇਸ਼ਾਰਾ ਹੋਰ ਵੀ ਹੈ ਕਿਹੜਾ ਭਲਾ ਇਹ ਗੱਲ ਕਰਨੀ ਮੱਠੀ ਨੇ ਜਵਾਬ ਨੀ ਜਦੋਂ ਬੰਦਾ ਆਇਆ ਤਥੀਰ ਪੜ੍ਹਦਾ ਤੇ ਆਇਆ ਤਥੀਰ ਦੇ ਵਿੱਚ ਹਦੀਸੀ ਕਿਸਾ ਪੜ੍ਹਦਾ ਸੁਣੀ ਹੈ ਲੇਕਿਨ ਤਫਸੀਰਾਂ ਦੇ ਵਿੱਚ ਮੌਜੂਦ ਹੈ ਵੀ ਆਇਆ ਤੇ ਤਥੀਰ ਦੇ ਮਿਸਦਾ ਕੇ ਪੰਜ ਹੈ ਕੋਈ ਬੰਦਾ ਆਕੜ ਜਾਇਆ ਮੈਂ ਨਹੀਂ ਮੰਨਦਾ ਉਹ ਤਾਂ ਸਾਡੇ ਕੋਲ ਕੋਈ ਹੱਲ ਨਹੀਂ ਲਾ ਇਕਰਾਫ ਹੈ ਦੀਨ ਦੀਨ ਮੈਂ ਜਾਬਰ ਤੁਸੀਂ ਆਪਣਾ ਅਕੀਦਾ ਮਹਫੂਜ਼ ਰੱਖੋ ਆਪਣਾ ਅਕੀਦਾ ਮਹਫੂਜ਼ ਰੱਖੋ ਆਪਣਾ ਅਕੀਦਾ ਮਹਫੂਜ਼ ਰੱਖੋ ਅੱਛਾ ਜੀ ਮਤਲਬ ਗੱਲ ਕਿੱਥੇ ਵਧੀਆ ਗੱਲ ਹੈ ਤੇ ਆਈ ਹੋਈ ਵੀ ਹੈ ਤੇ ਹਟਦੀ ਨਹੀਂ ਪਿੱਛੇ ਕਰਨੀ ਮੈਂ ਮੱਠੀ ਜਿਹੀ ਹਜ਼ੂਰ ਪਾਕ ਦੇ ਆਪਣੇ ਘਰ ਮਦੀਨੇ ਚ ਨੌ ਨੌ ਬੀਵੀਆਂ ਬੈਠੀਆਂ ਤੇ ਅੱਗਾਂ ਨੌ ਸਹੁਰੇ ਬੈਠੇ ਤੇ ਅੱਗਾਂ ਸਾਲੇ ਤੇ 1,40,000 ਸਾਹਬੀ ਤੇ ਬੈਠੇ ਸਾਰੇ ਤਿਆਰ ਹਨ ਹੱਦ ਨਹੀਂ ਮੁੱਕ ਗਈ ਮੁਸਲਮਾਨ ਐ ਵੇਖ ਲੈ ਫੈਸਲਾ ਹੋ ਗਿਆ ਈ ਫੈਸਲਾ ਹੋ ਗਿਆ ਈ ਫੈਸਲਾ ਹੋ ਗਿਆ ਈ ਮਨ ਨਾ ਮਨ ਤੇਰੀ ਕਿਸਮਤ ਫੈਸਲਾ ਹੋ ਗਈ ਰਸੂਲ ਪਾਕ ਨੂੰ ਆਪਣੇ ਨਵਾਂ ਘਰਾਂ ਚੋਂ ਤੇ 1,40,000 ਸਾਬੀਆਂ ਚੋਂ ਇੱਕ ਬੰਦਾ ਵੀ ਉਹ ਜਿਹਾ ਨਹੀਂ ਮਿਲਿਆ ਜਿਹਨ ਮੁਬਾਹਲੇ ਦੇ ਨਾਲ ਘਿਣ ਕੇ ਆਵੇ ਹਜ਼ਰਤ ਮੌਲਾ ਅਲੀ ਦੇ ਘਰ ਦਾ ਇੱਕ ਵੀ ਨਹੀਂ ਮਿਲਿਆ ਜਿਹਨ ਘਰ ਛੋੜ ਗਿਆ ਬਈ ਸਾਰੇ ਬਾਕੀ ਇਸ਼ਾਰੇ ਛੋੜ ਕੇ ਆਖਰੀ ਜੁਮਲੇ ਸੁਣੋ ਔਰ ਇੱਥੇ ਬੰਨ ਲਿਖਣਾ ਮੈਂ ਨਿਸਾ ਦੇ ਕਿਤਨੇ ਮਾਨੇ ਤੁਹਾਨੂੰ ਦੱਸਿਆ ਬੇਟੀ ਬੀਵੀ ਮੋ ਲੱਖ ਲੱਖ ਸਲਾਮ ਯਾ ਰਸੂਲਾ ਇਧਰੋਂ ਮੇਰੇ ਬੱਚੇ ਆਜੋ ਆਜੋ ਛਕੋ ਨਹੀਂ ਆਜੋ ਸਭ ਡੋਲ ਉਹ ਜਲਦੀ ਆ ਵਕਤ ਜ਼ਾਇਆ ਕੀਤੇ ਮੇਰੇ ਪੁੱਤਰ ਇੱਥੇ ਮੇਰੇ ਸਾਹਮਣੇ ਬਹੁ ਜਲਦੀ ਬਹੁ ਯਾਰ ਅੱਛੇ ਬੱਚਿਓ ਨੇਕ ਮਾਵਾਂ ਦੇ ਪੁੱਤਰੋ ਅਜ਼ਾਦਾਰਾਂ ਦੇ ਪੁੱਤਰੋ ਬਜਲੇ ਸਿੱਚ ਬਹਿ ਕੇ ਮੇਰੇ ਪੁੱਤਰੋ ਇਹਦੇ ਇਸ਼ਾਰੇ ਨਹੀਂ ਕਰੀਦੇ ਆਪ ਸੁਣੋ ਬਹਿ ਕੇ ਥੱਕ ਜਾਓ ਤੇ ਉੱਠ ਜਾਓ ਮਜਲ ਬਹਿ ਕੇ ਇਹਨੇ ਮੇਰੇ ਪੁੱਤਰ ਇਸ਼ਾਰੇ ਨਹੀਂ ਕਰੀਦੇ ਬਲਕਿ ਸਰ ਹੇਠਾਂ ਕਰਕੇ ਜਾਂ ਬਿਲਕੁਲ ਇੱਥੇ ਮੈਂਬਰ ਵਾਲੇ ਪਾਸੇ ਨਿਗਾਹ ਰੱਖ ਕੇ ਆਵਾਜ਼ ਸੁਣ ਕਿਹੜੀ ਗੱਲ ਹੈ ਜੀ ਕਿਤਨੇ ਮਾਨੇ ਬੇਟੀ ਬੀਵੀ ਮਾਂ ਜਿਹੜਾ ਸਮਝੇਗਾ ਦੁਆ ਦੇਗਾ ਯਾ ਰਸੂਲ ਅੱਲਾ ਲੱਖ ਲੱਖ ਸਲਾਮ ਯਾ ਰਸੂਲ ਅੱਲਾ ਲੱਖ ਲੱਖ ਸਲਾਮ ਤੁਹਾਡੇ ਇੰਤਖਾਬ ਤੋਂ ਸਦਕੇ ਉਸ ਮੁਅਜ਼ਮਾ ਸੈਣ ਨੂੰ ਨਾਲ ਲੈ ਕੇ ਚੱਲੇ ਜਿਹੜੀ ਬਯਕ ਵਕਤ ਤਿੰਨੇ ਮਾਨੇ ਦੇ ਰਹੀ ਹੈ ਹਜ਼ੂਰ ਕੀ ਬੇਟੀ ਬਣ ਕੇ ਜਾ ਰਹੀ ਹੈ ਮੌਲਾ ਅਲੀ ਕੀ ਬੀਵੀ ਬਣ ਕੇ ਜਾ ਰਹੀ ਹੈ ਜਨਾਬ ਹਸਨੈਨ ਕੀ ਮਾਂ ਬਣ ਕੇ ਜਾ ਰਹੀ ਸਹਿਣ ਦੇ ਸ਼ਾਨ ਦੇ ਕਸੀਦੇ ਦਾ ਲੁਤਫ ਹੋ ਰਿਹਾ ਜੀ ਕੁਝ ਗੱਲਾਂ ਰਹਿ ਗਈਆਂ ਤਾਂ ਹੁਣ ਹੋ ਸਕਦਾ ਜ਼ਿਹਨ ਚ ਆ ਕੇ 23 ਵਾਲੇ ਦੇੜੇ ਇਨਸ਼ਾਅੱਲਾ ਨਹੀਂ ਤਾਂ ਕੁਝ ਮੁਕਾ ਲੈਣੇ ਆਈ ਥਾਂ ਆਇਆ ਇਸ਼ਾਰਾ ਸਮਝਣਾ ਸਾਹਮਣੇ ਪਾਕ ਰਸੂਲ ਦੀ ਰਿਸਾਲਤ ਦੀ ਦੀਵਾਰ ਹੈ ਇਸ ਪਾਸੇ ਇਮਾਮ ਹਸਨ ਅਲੈਹਿ ਸਲਾਮ ਦੀ ਇਮਾਮਤ ਦੀ ਦੀਵਾਰ ਹੈ ਇਸ ਪਾਸੇ ਇਮਾਮ ਹੁਸੈਨ ਅਲੈਹਿ ਸਲਾਮ ਦੀ ਇਮਾਮਤ ਦੀ ਦੀਵਾਰ ਹੈ ਪਿੱਛੇ ਮੌਲਾ ਅਲੀ ਅਲੈਹਿ ਸਲਾਮ ਦੀ ਵਿਲਾਇਤ ਦੀ ਦੀਵਾਰ ਹੈ ਉੱਤੇ ਤੌਹੀਦ ਦਾ ਛੱਤ ਹੈ ਇਸ ਚਾਰ ਦੀਵਾਰੀ ਵਿੱਚ ਪਾਕ ਸੈਣ ਘਰੋਂ ਬਾਹਰ ਤਸ਼ਰੀਫ ਲਾਏ
بس جی تو نظامت تمام ہو گئی, بقایا اگر کچھ جزئیات رہ گئے تو ہو سکتا ہے تری بھی نظر نے چاہ جان ہونے تھائی کافی سن. گھروں نکلن لگے نا حضور دی اکھاں جان سو مڑ کے ویک کیا دن بیٹی میری لخت جگر بیٹی میری نور نظر بیٹی میری صدیقہ طیبہ طاہرہ بیٹی میری دھی جتھوں میں پیر چاہی نا تو اتے پیر رکھنا. اللہ نے یا علی جتھوں میری دھی پیر چاہے نا تو اتے پیر رکھنا. ایک دفعہ میں پھر آکھنا ہے اپنے اطمینان واسطے, بیٹی جی بابا جی تو میں پیر چاہیے نا تو اتے پیر رکھنا. یا علی جی سرکار جی تو میری لخت جگر پیر چاہیے نا میں تھوڑے چہرے پڑے تھوڑی اکھ پڑی چہرے دے غم دی لے رہے اکھا تھوڑا تھوڑا آنسو ترے. مولا علی سوال کیتا پاک رسول کو لوں, پاک رسول جواب دیتا ہوتا جواب پھر مولا علی نے دیتا ہے سننا ہے اتھے لکھنا ہے. حضرت نے یا علی آج میری دھی دا قدم دین دی گواہی واسطے گھروں باہر آ رہے تو میں اللہ دے نبی دی غیرت برداشت نہیں کر دی جو میری دھی دے قدماں دے نشانہ تے کہیں دی نظر پہ جائے. اگر تساں بی بی دی شب شہادت منا رہے ہو پھر انجے رونا ہے جویں ایسے لے بی بی دیاں نکیاں نکیاں دھیاں رو رہی ہیں, ایک پانچ سال دی تے ایک چار سال دی. نہیں تو ٹھنڈا سانپ بھر لو تو میں سید دعا کرے سی جنہ دے سال ثواب دی مجلس سے بیٹی جی تو میں پیر چاہی نا تو سوتو پیر رکھنا ہے. یا علی جی تو میری دھی پیر چاہی نا تو سوتے پیر رکھنا ہے. یا رسول اللہ جی کیوں حضورت یا علی اج میری دھی دا قدم دین دی گواہی واسطے گھروں باہر آ رہے میں اللہ دے نبی دی غیرت برداشت نہیں کر دی جو میری دھی دے قدمہ دے نشانہ تے کسی دی نظر پہ جائے. میں دو بار جملہ کہے تورے چہرے دے غم دی لہر پر یہ جواب سن کے مولا علی علیہ السلام اتنا رنے اتنا رنے جو ریش تر تو اتنا نہ رو سکے آنسو دی کوشش ضرور کرے. انجویں کہہ دینے یا رسول اللہ آج تواڈی دھی دا قدم دین دی گواہی واسطے گھروں باہر آ رہے انہاں قدماں دے پردے دا اتنا اہتمام تلے اپنا قدم اتے دھی دا قدم اتے میرا قدم ایتھے اترا کہن ہائے میری مسافر شان ہائے میری پردے دار مسافر شان آیا میری ام المصائب مسافر شام آیا میری پردے دار مسافر شام آیا میری مسافر شام. جڑے عیسائیاں ڈٹھا نا عیسائیاں اللہ تہاڈی عیسائی مذکور کرے جی سائیں تو ترا جی جی یا رسول اللہ تہاڈی دھی دا قدم دین دی گواہی واسطے کرو باہر آ رہے انہاں قدماں دے پردے دا اتنا اہتمام تلے اپنا قدم اتے دھی دا اتے میرا قدم ایتھے ادرا کر ہائے میری مسافر شاہ ہائے میری ام المصائب سارے دن بی بی دکھ پڑے گئے ہو سن میں بھی جو چون چوڑ کے تین چار دکھ تو دسنے آنسو دی کوشش کر لے بس جڑے عیسائیاں ڈٹھا نا
ਬੱਚੋ ਰੁਨੇ ਕਰੋ ਮੇਰੇ ਪੁੱਤਰੋ, ਮਾਮਨਾ ਮਾਮਾ ਦੇ ਪੁੱਤਰੋ, ਦੁੱਖ ਦੀ ਗੱਲ ਸੁਣ ਕੇ ਰੁਨੇ ਕਰੋ, ਆਜਲਾ ਰੋਣਾ ਸਿੱਖੋ ਤੇ ਮੇਰੇ ਪੁੱਤਰੋ ਰੋਸੋ। ਜਿਹੜੇ ਈਸਾਈਆਂ ਡਿੱਠਣ ਇੱਕ ਪਰਦੇਦਾਰ ਘਰੋਂ ਬਾਹਰ ਆ ਗਏ, ਈਸਾਈ ਇੱਕ ਦੂਜੇ ਵੇਖ ਕੇ ਆਦੇ ਉੱਜੜ ਗਏ। ਮਾਫੀ ਮੰਗੋ, ਅਸਾਂ ਮੁਬਾਲਾ ਨਹੀਂ ਕਰਨਾ। ਇਹ ਪਰਦੇਦਾਰ ਕਿਉਂ ਘਰੋਂ ਬਾਹਰ ਆ ਗਈ? ਇਹ ਤਾਂ ਰੁਕ ਕੇ ਇੱਕ ਜੁਮਲਾ ਆਖੂ ਆ, ਜੁਮਲਾ ਈਸਾਈ ਦਾ ਹੈ, ਰੋਸਨ ਸ਼ੀਆ, ਜੁਮਲਾ ਰੋਸਨ, ਜੁਮਲਾ ਰੋਸਨ। ਪੁੱਛ ਕਿਹੜਾ? ਉੱਥੇ ਖਲੋ ਕੇ ਇੱਕ ਆਲੀ ਜ਼ਰਫ ਈਸਾਈ ਅੱਖੀ ਤੇ ਹੱਥ ਰੱਖ ਕੇ ਪਰਦਾ ਬਣਾ ਕੇ ਹਾਂ ਮੁਸਲਮਾਨ ਦਾ ਰਸੂਲ ਅੱਗੇ ਵੀ ਕਿਤਨੇ ਇਤਨਾ ਟੁਰੀਏ ਜਿਤਨਾ ਅੱਜ ਟੁਰ ਕੇ ਆਈਏ, ਅੱਗੇ ਵੀ ਕਦੀ ਇਤਨਾ ਟੁਰੀਏ ਜਿਤਨਾ ਅੱਜ ਟੁਰ ਕੇ ਆਈਏ, ਉਹ ਕਦੀ ਅੱਗੇ ਵੀ ਇਤਨਾ ਟੁਰੀਏ ਜਿਤਨਾ ਅੱਜ ਟੁਰ ਕੇ ਆਈਏ। ਜਿਹੜਾ ਨਾ ਪਾਦਰੀ ਉਸ ਬਾਬਾ ਜੀ ਇੰਜ ਵਿਛਾਈ ਚਾਦਰ, ਆਦਾ ਉਹ ਈਸਾਈ ਹੋ, ਇਹਦੇ ਵੇਖੋ ਹੀ ਨਹੀਂ, ਇਹਦੇ ਨਹੀਂ ਵੇਖ ਲਓ, ਇਹਦੇ ਨਹੀਂ ਵੇਖ ਲਓ। ਮੈਂ ਅਗਲਾ ਜੁਮਲਾ ਆ ਲੈਣੀ ਮੁਕੰਮਲ ਕਰਨਾ, ਅੱਜ ਵੇਖੋ ਹੀ ਨਹੀਂ, ਪਰਦਾ ਕਰੋ। ਮੈਂ ਵੇਦਾਂ ਜਿੱਥੋਂ ਟੁਰਦੇ ਆਉਂਦੇ ਨਾ ਹਰ ਸ਼ਾਇਦ ਛੁੱਕ ਛੁੱਕ ਕੇ ਸਲਾਮ ਪੇ ਕਰਦੇ, ਪੱਥਰ ਉੱਠ ਉੱਠ ਕੇ ਤਾਜ਼ੀਮ ਪੇ ਕਰਦੇ, ਆਸੂ ਦੀ ਕੋਸ਼ਿਸ਼ ਵਿੱਚ, ਆਸੂ ਦੀ ਕੋਸ਼ਿਸ਼। ਮੈਂ ਚਾਦਰ ਵਿੱਚ ਆਈਏ ਇਹ ਜੁਮਲਾ, ਜੇ ਇਹ ਮਾਹੌਲ ਨਹੀਂ ਸਮਝੇਗਾ ਨਾ ਤਾਂ ਫਿਰ ਮੁਲਕ ਵਿੱਚ ਕੋਈ ਨਹੀਂ ਸਮਝੇਗਾ। ਐ ਮੈਂ ਚਾਦਰ ਵਿੱਚ ਆਈਏ, ਉਬਾਲਾ ਕਰਨਾ ਨਹੀਂ, ਜਿਤਨਾ ਮਾਲ ਜਮਾ ਕਰ ਸਕਦੇ ਕਰੋ, ਇਹ ਟੁਰ ਕੇ ਆਈ ਬੀਬੀ ਖਾਲੀ ਨਾ ਵੱਲੇ। ਇਹ ਟੁਰ ਕੇ ਆਈ ਬੀਬੀ ਖਾਲੀ ਨਾ ਵੱਲੇ, ਇਹ ਟੁਰ ਕੇ ਆਈ ਬੀਬੀ ਖਾਲੀ ਨਾ ਵੱਲੇ। ਟੁਰ ਕੇ ਬੀਬੀ ਇੱਕ ਤੰਗ ਦਿਲ ਵੱਧ ਕਹਿੰਦਾ ਸਾਡੇ ਦੁਸ਼ਮਣ ਹੈ, ਉਹਦੇ ਮੂੰਹ ਤੇ ਚਾਟ ਮਾਰ ਕਹਿੰਦਾ ਦੁਸ਼ਮਣ ਦੀ ਧੀ ਵੀ ਟੁਰ ਕੇ ਆਵੇ ਤਾਂ ਖਾਲੀ ਨਹੀਂ ਵਲਾਈ। ਲੋ ਜੀ ਬਾਬੇ ਤੋਂ ਬਾਅਦ 75 ਜਾਂ 95 ਦਿਨ ਜ਼ਿੰਦਾ ਰਹੀਏ ਤੇ ਇੱਕ ਵੀ ਸੁੱਖ ਦਾ ਸਾਹ ਨਹੀਂ ਸਾਇਆ। ਜਿਹਨੇ ਐਡੀ ਉੱਚੀ ਹਾਇ ਕੀਤੀ ਨੇ ਤੁਹਾਨੂੰ ਮਦੀਨੇ ਚ ਦੁਆ ਮਿਲੀ, ਇੱਕ ਵੀ ਸੁੱਖ ਦਾ ਸਾਹ ਨਹੀਂ ਆਇਆ। ਜੇ 75 ਦਿਨ ਦੀ ਰਿਵਾਇਤ ਮੰਨੀ ਜਾਏ ਤਾਂ ਇਹ ਬੀਬੀ ਦੀ ਸ਼ਹਾਦਤ ਦੀ ਰਾਤ, ਜੇ 95 ਦਿਨ। ਹੁਣ ਦੋ ਤਰੇ ਚਾਰ ਦੁੱਖ ਤੁਹਾਨੂੰ ਦੱਸ ਦੇਵਾਂ ਜੀ, ਦਿਲ ਹੋਵੇ ਤਾਂ। ਪਹਿਲਾ ਦੁੱਖ ਬਾਬੇ ਤੋਂ ਬਾਅਦ ਡਿੱਠਾ ਸੀ, ਬਾਬਾ ਜੀ ਕਿਸੇ ਧੀ ਦਾ ਮਰ ਜਾਏ ਪਿਓ, ਕਿਸੇ ਭੈਣ ਦਾ ਮਰ ਜਾਏ ਭਰਾ, ਜਾਂ ਕਿਸੇ ਮਾਂ ਦਾ ਮਰ ਜਾਏ ਪੁੱਤ, ਜਿਹੜੀ ਪਰਦੇਦਾਰ ਹੋਵੇ ਨਾ ਉਹ ਘਰ ਵਿੱਚ ਬਹਿ ਕੇ ਇੱਕ ਫਿਰ ਉੱਚਾ ਰੋਂਦੀ, ਉਹਦੇ ਵਿੱਚ ਇੱਕ ਰਾਸ ਹੁੰਦਾ, ਰਾਸ ਉੱਚਾ ਰੋਸਾ ਨਾ, ਮਹੱਲੇ ਦੀ ਬੀਬੀਆਂ ਸੁਣ ਲੈ ਸਨ, ਮੇਰੀਆਂ ਰਿਸ਼ਤੇਦਾਰ ਸੁਣ ਲੈ ਸਨ, ਸਾਰੀਆਂ ਇਕੱਠੀਆਂ ਥੀ ਵੇ ਸਨ, ਕੋਈ ਮੇਰੇ ਗੱਲ ਲੱਗਸੀ, ਕੋਈ ਮੇਰੇ ਸਿਰ ਤੇ ਹੱਥ ਰੱਖੀ, ਮੇਰਾ ਗਮ ਥੋੜਾ ਜਿਹਾ ਤਕਸੀਮ ਹੋਵੇ ਸੀ, ਆਓ ਮੇਰੇ ਸਰ ਤੇ ਕੁਰਾਨ ਰੱਖ ਲਓ। ਬਾਬਾ ਬੀਬੀ ਦਾ ਦੁਨੀਆਂ ਤੋਂ ਟੁਰ ਗਏ, ਔਖੇ ਸੌਖਾ ਦਫ਼ਨ ਹੀ ਹੋ ਗਏ, ਸੁਬਹ ਤੋਂ ਲੈ ਕੇ ਪੇਸ਼ੀ ਤਾਈਂ ਐਂ ਦਰਵਾਜ਼ੇ ਦੇ ਵੇਖਦੀ ਰਹੀਏ, ਕਿਸੇ ਔਰਤ ਆ ਕੇ ਪਰਸਾਇਆ ਨਹੀਂ, ਰਾਹ ਵੇਖ ਵੇਖ ਦੀਗਰ ਨੇ ਧੂਈਆਂ ਨੂੰ ਬੁਲਾ ਕੇ ਦੀਏ, ਤੁਸੀਂ ਮੈਂ ਗੁਬਰ ਜਾਓ, ਮੈਂ ਤੁਹਾ ਗੁਬਰ ਜਾਵਾਂ, ਹੋਰ ਤਾਂ ਆਈ ਕੋਈ ਨੀ, ਮੇਰੇ ਗੱਲ ਲੱਗੋ, ਅੱਗੋ ਆਏ ਨਾ ਨਾ, ਮੈਂ ਅੱਗਦਾ ਆਇਓ, ਮੈਂ ਉਜੜੀ ਦਾ ਬਾਬਾ। ਅੱਲਾ ਤੁਹਾਡੇ ਆਸੂ ਕਬੂਲ ਕਰੇ।
ਅੱਲਾ ਨਾ ਬਜ਼ੁਰਗਾਂ ਦੇ ਦਰਜਾਤ ਬੁਲੰਦ ਕਰੇ, ਉਹਦੇ ਫਰਜ਼ੰਦਾਂ ਦੀ ਜ਼ਿੰਦਗੀ ਦਰਾਜ਼ ਕਰੇ, ਅੱਲਾ ਤੁਹਾਡੇ ਮਰਹੂਮੀਨ ਦੇ ਦਰਜਾਤ ਬੁਲੰਦ ਕਰੇ, ਅੱਲਾ ਜ਼ਾਦਾਰਾਂ ਦੀ ਹਿਫਾਜ਼ਤ ਫਰਮਾਏ, ਸਾਡੇ ਇਮਾਮ ਜ਼ਹੂਰ ਅਜਮਾਲਿਕ ਤਾਜ਼ੀਲ ਫਰਮਾਏ। ਇੱਕ ਦਿਨ ਬਾਬਨ ਬਹਿ ਕੇ ਰੋ ਰਹੀ ਹੈ, ਤੂੰ ਸਾਡੇ ਅੱਖ ਜਾ ਸੁਣੀ ਕੋਸ਼ਿਸ਼ ਕਰਿਆ, ਬਾਬਨ ਬਹਿ ਕੇ ਰੋ ਰਹੀ ਆਈ, ਬਾਹਰੋਂ ਦਰਵਾਜ਼ਾ ਖਿੜਕਿਆ, ਮੌਲਾ ਲਈ ਦਰਵਾਜ਼ੇ ਤੇ ਗਏ, ਵੇਦ ਅੰਦਰ ਲੋਕ ਇਕੱਠੇ ਨੇ, ਫਰਮਾਇਆ ਕਿਉਂ ਆਇਓ, ਅਜ਼ਾਦਾਰ ਤੜਪੇਗਾ ਕਿਉਂ ਆਇਓ, ਆਦਨ ਆਖੋ ਨਬੀ ਦੀ ਦੀਨੋ ਬਾਬੇ ਨੂੰ ਨਾ ਰੋਵੇ, ਓਏ ਹੋਏ ਅੱਲਾ ਜਾਣੇ ਮੌਲਾ ਅਲੀ ਅਲੈਹਿ ਸਲਾਮ ਇਹ ਜੁਮਲਾ ਕਿਵੇਂ ਬਰਦਾਸ਼ਤ ਕੀਤਾ। ਇਹ ਪਹਿਲੀ ਧੀ ਹੈ ਜਿਹਦੇ ਰੋਵਣ ਤੇ ਪਾਬੰਦੀ ਵੀ ਲੱਗਦੀ, ਪਹਿਲੀ ਧੀ, ਬਾਬੇ ਨਾ ਰੋਵੇ। ਮੌਲਾ ਅਲੀ ਬੜਾ ਦੁਖੀ ਜਵਾਬ ਦਿੱਤਾ, ਫਰਮਾਉਂਦੇ ਨੇ ਉਹ ਮਨਵਾਓ ਜਿਹੜੀ ਵਸ ਚ ਹੋਵੇ। ਬਾਬਾ ਉਹਦਾ ਦੁਨੀਆਂ ਤੋਂ ਟੁਰ ਗਏ, ਉਹ ਧੀ ਏ, ਧੀ ਰੋਂਦੀ ਆਪਣੇ ਬਾਬੇ ਨੂੰ, ਐ ਮੈਂ ਕਿਵੇਂ ਮੰਨ ਕੇ ਆਖਾਂ ਤੂੰ ਬਾਬੇ ਨੂੰ ਨਾ ਰੋ। ਦੂਈ ਗੱਲ ਬਾਬਾ ਜੀ ਹੋਰ ਵੀ ਕੀਤੀ ਨੇ, ਦੱਸਾਂ ਹੌਲੇ ਜਿਹਾ ਦਿਨ ਉੱਚਾ ਤਾਂ ਨਹੀਂ ਰੋਂਦੀ, ਉੱਚਾ ਦਾ ਆ ਦਿਨ ਸਾਨੂੰ ਵੀ ਪਤਾ ਉੱਚਾ ਨਹੀਂ ਰੋਂਦੀ, ਠੱਡੇ ਸਾਹ ਅੱਜ ਫਰਦੀ ਅੱਜ ਮਦੀਨਾ ਹਲਦਾ, ਮਦੀਨਾ ਹਲਦਾ ਹੈ, ਸਾਡਾ ਆਰਾਮ ਖਰਾਬ ਹੁੰਦਾ ਹੈ, ਆਰਾਮ ਖਰਾਬ ਜ਼ਿਹਨ ਵਿੱਚ ਰੱਖਿਆ ਹੈ। ਤਿੰਨ ਚਾਰ ਮਿੰਟ ਬਾਅਦ ਫਿਰ ਆਏਗਾ ਨਾ ਤਾਂ ਫਿਰ ਦੇਖ ਸੋ ਕਿ ਮਜਲੇ ਦੀ ਫਿਜ਼ਾ ਕਿਵੇਂ ਬਣਦੀ। ਇਹਨਾਂ ਕਿਹਾ ਕਿ ਸਾਡਾ ਆਰਾਮ ਵਿੱਚ ਖਲਲ ਪਾਉਂਦਾ। ਮੌਲਾ ਫਰਮਾਇਆ ਚਲੋ ਤੁਹਾਡਾ ਸੁਨੇਹਾ ਦੇਣਾ, ਮੌਲਾ ਰੋਂਦੇ ਹੋਏ ਤੁਹਾਡੀ ਅੱਖ ਚ ਆਸੂ ਤਰਿਆ, ਮੌਲਾ ਅਲੀ ਅਲੈਹਿ ਸਲਾਮ ਦੀ ਅੱਖਾਂ ਚ ਹਨ ਆਸੂਆਂ ਦੀਆਂ ਲਹਿਰਾਂ, ਤੇ ਬੀਬੀ ਬੈਠੀ ਆਈ ਰੋਂਦੀ, ਮੌਲਾ ਅਲੀ ਬਹਿ ਗਏ ਕੋਲ, ਮੌਲਾ ਅਲੀ ਦੀ ਰੀਸ ਆਸੂਆਂ ਨਾਲ ਤਰ ਰਹੇ, ਬੀਬੀ ਰੋ ਰੋ ਕੇ ਝੋਲੀ ਹਿੰਦੂਆਂ ਨਾਲ ਭਰੀ ਬੈਠੀ ਹੈ, ਮੌਲਾ ਕੋਲ ਬਹਿ ਕੇ ਅਦਰ ਬਿੰਦੇ ਪੈਗੰਬਰ, ਬੀਬੀ ਦੇ ਜੀ ਆ ਲਈ ਹਸਨ ਹੁਸੈਨ ਦੀ ਅੰਮਾ, ਬੀਬੀ ਦੀ ਜੀ ਆ ਲਈ, ਮੈਂ ਦੋ ਵਾਰੀ ਆਖਣਾ ਨੇ, ਮੌਲਾ ਦਿਨ ਬਿੰਦੇ ਪੈਗੰਬਰ, ਬੀਬੀ ਦੀ ਜੀ ਆ ਲਈ, ਹਸਨ ਹੁਸੈਨ ਦੀ ਅੰਮਾ, ਬੀਬੀ ਦੀ ਜੀ ਆ ਲਈ, ਮੌਲਾ ਫਰਮਾਇਆ ਬਾਹਰ ਲੋਕ ਆਇਆ, ਬੀਬੀ ਦੀ ਅੱਜ ਉਹਨਾਂ ਨੂੰ ਯਾਦ ਆਇਆ ਮੈਨੂੰ ਬਾਬੇ ਵਾਸਤੇ ਪਰਸਾਵਣ ਆਇਆ, ਅੱਜ ਉਹਨਾਂ ਨੂੰ ਯਾਦ ਆਇਆ ਮੈਨੂੰ ਬਾਬੇ ਵਾਸਤੇ ਪਰਸਾਵਣ ਆਇਆ। ਸਾਰਿਆਂ ਦਾ ਹੱਕ ਬਣਦਾ ਮਾਤਮ ਕਰਨਾ, ਅੱਜ ਯਾਦ ਆਇਆ ਨੇ ਮੇਰੇ ਬਾਬੇ ਨੂੰ ਪਰਜਾਵਣ ਆਇਆ, ਫਰਮਾਇਆ ਨੇ ਪਰਜਾਵਣ ਨਹੀਂ ਆਏ, ਉਹ ਮਨਾ ਕਰਨ ਆਇਆ ਬਾਬੇ ਨੂੰ ਨਾ ਰੋਵੇ। ਸੁਣਦੀ ਗਈ ਹੈ ਅਰਬੀ ਦੇ ਚਾਰ ਜੁਮਲੇ ਆਪਣੀ ਜ਼ਬਾਨ ਤੇ ਜਾਰੀ ਕੀਤੇ, ਯਾਦ ਕਰ ਲਓ ਮੁਸੱਲੇ ਤੇ ਬਹਿ ਕੇ ਰੋਏ, ਬੀਬੀ ਦੀ ਯਾਲੀ ਗਾਸਬ ਹਕੀਫ ਸਬਰ ਤੋ ਹੱਕ ਮੈਂ ਰਹਿਣਾ ਖੋਲਿਆ ਮੈਂ ਸਬਰ ਕਰ ਗਈ, ਯਾਲੀ ਆਰਕ ਬਾਬੀ ਫ ਸਬਰ ਤੋ ਮੇਰਾ ਦਰਵਾਜ਼ਾ ਇੰਨਾ ਸਾੜ ਛੋੜਿਆ ਮੈਂ ਸਬਰ ਕਰ ਗਈ, ਯਾਲੀ ਕਾਤਲ ਮੋਸੇ ਨੀ ਮੈਂ ਸਬਰ ਤੋ ਅਗਰ ਸੈਦ ਬੈਠੇ ਹੋ ਤਾਂ ਉਹਦਾ ਵੀ ਕਿਹਾ ਦੀ ਮੇਰਾ ਪੁੱਤਰ ਇੰਨਾ ਸ਼ਹੀਦ ਕਰ ਛੋੜਾ ਮੈਂ ਸਬਰ ਕਰ ਗਈ, ਅਦੀ ਯਾਲੀ ਕਾਸਰ ਵਜਲਾਈ ਮੈਂ ਸਬਰ ਤੋ ਮੇਰੀਆਂ ਪਸਲੀਆਂ ਇੰਨਾ ਤਰੋੜ ਛੋੜਿਆ ਮੈਂ, ਓ ਯਾਲੀ ਪਾਸਾ ਮੇਰਾ ਜ਼ਖਮੀ, ਓ ਯਾਲੀ ਹੱਥ ਮੇਰਾ ਜ਼ਖਮੀ, ਯਾਲੀ ਖਲੋ ਕੇ ਨਮਾਜ਼ ਮੈਂ ਨਾ ਪੜ ਸਕਦੀ, ਇਤਨਾ ਰੋਣਾ ਬੜਾ ਔਖਾ ਹੈ। ਤਿੰਨ ਚਾਰ ਦੁੱਖ ਮੈਂ ਦੱਸ ਰਿਹਾ ਇੱਕ ਇੱਕ ਜੁਮਲੇ ਚ, ਇਹ ਯਾਦ ਰੱਖ ਸਿੰਘ ਜੀ, ਇਹ ਉਹ ਬੀਬੀ ਹੈ ਬਾਬਾ ਜੀ ਉੱਧਰ ਦੇਖੋਗਾ, ਜਿਹਨੂੰ ਮੌਲਾ ਅਲੀ ਅਲੈਹਿ ਸਲਾਮ ਨੇ ਸੱਤਾਂ ਚਾਦਰਾਂ ਚ ਕਫਨ ਦਿੱਤਾ, ਕਫਨ ਹਾ ਅਲੀ ਇਬਨ ਅਬੀ ਤਾਲਿਬ ਬੇ ਸਭ ਅਸਵਾਬ, ਸੱਤਾਂ ਚਾਦਰਾਂ ਚ ਕਫਨ ਦਿੱਤਾ। ਜੇ ਮੈਂ ਵਜ੍ਹਾ ਦੱਸੀ ਤਾਂ ਤੁਹਾਡੇ ਦਿਲ ਮਾਤਮ ਵਾਸਤੇ ਕਰ ਸੀ,
وجہ کی آئی سات چادر دے وجہ صرف آئی پاسے دا زخم دا خون رکدا ہی نہ ایک چادر دے لیندے ہن پوسوے دی آئی دوئی چادر دے لیندے ہن پوسوے دی آئی تری چادر دے لیندے ہن سات چادر پوا کن لا نبی دتی اللہ دے حوالے میرا ایو واس لگ دے شالا تو نہیں ہوگا ہم نصیب اس تو بعد اگلا دکھ دسا جی اگلا دوست دسا دکھنا باوے جی مدینے دے سارے بی بی دے جنازے صرف سات بندے سارے کیوں نے آئے کی تھی اور تو جنازہ پہ بیندو ہوئے بندے نار ڈھیر ہوئے نار کوئی اکسی کسی امیر دا جنازہ جنازہ جا رہے ہوئے بندے تھوڑے ہوئے نار کوئی اکسی کسی غریب دا جنازہ مدینے سارے بی بی جنازے سات بندے میں تو نہ گن دینا حضرت سلمان فارسی حضرت ابو ذر حضرت عمار حضرت مقداد حضرت حذیفہ تے حضرت عبداللہ ابن مسعود تے ستویں مولا علی آپ جے آن سے نہیں تریا تے اگلی گل سن لو نکے نکے دو بچے پاسے نہ رون دے آدے تے ہائے اماں ہائے اماں ہائے اماں سات سال دے امام حسن چھ سال دے امام حسین سجے کبھی آدے تے ہائے اماں جیڑا ہے شیعہ تے آن سے نہیں تریا تے شب شہادت او تائی جنازہ گیا او تائی امام حسین دی عمر آئی اس نے چھ سال این جنازہ چھوڑ کے نے امام حسین علیہ السلام نے مدینے دے رخ کیتا این کر کے ہاتھ چا کے او مدینے والے ہن رج رج سو او میری ماں دے رون دے اعتراض کر دیا ہے میری ماں دا جنازہ جا رہا ہے او میری ماں سن روندا چھوڑ کے ٹر گئی او ایسا یتیم ہو گئے او مدینے والے او ساڈی ماں دا جنازہ جا رہا ہے بس 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 دو دکھ رہ گئے دو دو دکھ ساڈا ایک بندہ مر جائے کتنی قبر بنا دیو لے ایتھے قرآن تے رکھو تو میں آدا بی بی دیاں مولا علی علیہ السلام 40 قبر بنایا اللہ جانے کیڑا 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 تو مولا علی نے ڈر رہا ہے قبر ہی بنائے رہے کسی نے پتہ ہی نہیں لگے نبی دیدی کیڑی قبر ہے اور بڑا اچھا کسی ذاکر دا تشیہ ہے جس بھی جملہ آکھے اللہ ان جدائے خیر دے وے کہ مولا علی علیہ السلام بی بی نو دفنایا نہیں مسلمانہ تو بی بی نو چھپایا ہے بس بھائی ہمت ختم ہو گئی بڑا تو سر رو لے آخری دکھ سنو تے تھائیں گے جیڑا دکھ بی بی نے کھا گئے جیڑا دکھ کھا گئے جیڑا دکھ بی بی نو نکے بچوں تسیں یاد رکھے جیڑا دکھ بی بی نو حالے نہیں آکھنا بابے تو بعد دربار گئیے سر دے وال کالے آسے جڑا سلوک ڈٹھا اشارہ کر دینا اینڈ کر کے بابے دی تحریر پیش کیتی سی تحریر کرسیاں تو منتقل ہونا شروع ہو گئی ہے اس کول اس کول گئی اس کول اس کول گئی مر تو سا کوئی نہیں وانا اوتھے گئی ایک ایو جے کول گئی جس تحریر نو اینڈ کر چھوڑے یا سیدہ سارے آکھو یا سیدہ اچا کو یا سیدہ اے ٹکڑے چندی 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 سر دے وال چٹھے ہو گئے گئی آئی دا 18 سالاں دی آئی ولیت انج ملوم اندہ جی میں 70 سالاں دی بڑھڑی سونا تو ذرا رولے میرے واسطے دعا کرے تے جڑے بی بی ڈٹھا نا مسافر ہے شام بی بی فیزا ڈٹھا فیزا تڑپی او بنت پیمبار اوے فضا مر ونی دس کیڑی لٹ پے گئی ہونے دربار گئی ہوں
ਤੇਰੇ ਸਿਰ ਦੇ ਵਾਲ ਕਾਲੇ ਹਨ, ਹੁਣੇ ਵੱਲੀਆਂ ਤਾਂ ਸਿਰ ਦੇ ਵਾਲ ਚਿੱਟੇ ਨਹੀਂ ਗਈ ਆ, ਉਹ ਤਾਂ 18 ਸਾਲਾਂ ਦੀ ਵੱਲੀਆਂ 70 ਸਾਲਾਂ ਦੀ ਕਿਹੜੀ ਕਿਆਮਤ ਆ ਗਈ? ਜਿਹੜੀ ਬੀਬੀ ਵਜ੍ਹਾ ਦੱਸੀ ਹੈ ਉਹ ਬੜੇ ਦੁੱਖ ਵਾਲੇ ਮਿਸਰੇ ਨੇ, ਮੈਨੂੰ ਬੜੇ ਪਸੰਦ ਹਨ, ਮੈਂ ਕਦੀ ਕਦੀ ਪੜ੍ਹ ਲੈਂਦਾ, ਅਜ਼ਾਦਾਰ ਰੋ ਲੈਂਦੇ, ਮੇਰੀ ਨਾਂਦੇ ਵਾਸਤੇ ਦੁਆ, ਤੁਹਾਡੀ ਮੇਰੇ ਵਾਸਤੇ ਦੁਆ। ਸਮਝ ਤੋਂ ਨਾ ਆ ਗਈ ਕਿ ਬੀਬੀ ਕੇ ਫਿਜ਼ਾ ਕੇ ਪੁੱਛਿਆ, ਲਾਸਟ ਵਿੱਚ ਸਿਰ ਦੇ ਵਾਲ ਸਫੇਦ ਕਿਉਂ ਗਏ? ਤੜਪੀਏ ਤੁਹਾਡੀ ਸਹਿਣ ਤੜਪੀ ਤੇ ਰੋਕਿਆ ਦੀ ਰੰਗ ਬਦਲ ਗਏ ਦਰਬਾਰਾਂ ਦੇ, ਜਿਹੜਾ ਸ਼ੀਆ ਸੀਨੇ ਤੇ ਹੱਥ ਰੱਖੇ, ਜਿਹੜਾ ਸ਼ੀਆ ਸੀਨੇ ਤੇ ਹੱਥ ਰੱਖੇ ਤਾਂ ਕਿ ਮਾਤਮ ਦਾ ਸਵਾਬ ਮਿਲੇ। ਆਦੀ ਰੰਗ ਬਦਲ ਗਏ ਦਰਬਾਰਾਂ ਦੇ, ਹਾਲਾਤ ਥਈਏ ਤਬਦੀਲ, ਜਿਹੜਾ ਰੰਗ ਦਰਬਾਰ ਦੇਖਾਈਆਂ ਮੈਨੂੰ ਪਾਈ ਗਈ ਹੋ, ਰਦਲੀਲ ਨਹੀਂ ਬਚਦੀ ਚਾਦਰ ਮੇਰੀ ਆਲੀਆ ਦੀ, ਯਾ ਸੈਯਦਾ ਨਹੀਂ ਬਚਦੀ ਚਾਦਰ ਮੇਰੀ ਬਚੜੀ, ਨਾ ਪੁੱਛ ਫਿਜ਼ਾ ਤਫਸੀਲ, ਜਿਹੜੀ ਟੁਰ ਨਹੀਂ ਸਕਦੀ ਵਿਹੜੇ ਦੇ ਕਿਵੇਂ ਟੁਸੀਆ ਨਾ ਨਾ। ਮੇਰੇ ਸੈਣ ਮੁਸਾਫਰ ਹੈ ਸ਼ਾਮ ਨੇੜੇ ਆਈ, 5 ਸਾਲਾਂ ਦਾ ਸਿੰਨ ਆਈ, ਭਾਵੇਂ 5 ਸਾਲਾਂ ਦਾ ਹਾਈ ਤਾਂ ਧੀ, ਭਾਵੇਂ ਦੀਆਂ ਛੋਟੀਆਂ ਮੈਂ ਹਾਈ ਤਾਂ ਧੀ, ਮਾਵਾਂ ਦੀਆਂ ਦਾ ਵੱਖਰਾ ਹੀ ਪਿਆਰ, ਮਾਂ ਉਹਦੇ ਦਾਮਨ ਲੱਗੀ, ਅੰਮਾ ਹਾਲਤ ਕਿਉਂ ਬਦਲ ਗਈ? ਹੁਣੇ ਦਰਬਾਰ ਗਿਆ ਵੇ, ਸਿਰ ਦੇ ਵਾਲ ਕਾਲੇ ਚਿੱਟੇ ਗੁੱਥੀ ਗਏ, ਧੀ ਨੂੰ ਉਹ ਜਵਾਬ ਦਿੱਤਾ ਦੇ ਕੌਣ ਕੱਬਰ ਤਈ ਮਾਤਮ ਕਰਦੀ ਰਸ, ਧੀ ਦਾ ਸਰ ਚੁੰਮ ਗਿਆ, ਧੀਏ ਸ਼ਬੀਰ ਕੁਹੀ ਦਾ ਮੈਂ ਹੁਣ ਦਰਬਾਰ ਵਿਚਾਲੇ, ਜਿਹੜਾ ਰੰਗ ਦਰਬਾਰ ਦਾ ਵੇਖਿਆ ਹੈ ਤੇਰੀ ਚਾਦਰ ਬੱਚਾ ਨਾ ਮੋਹਾਲੇ। ਅਗਰ ਆ ਸੁਣੀ ਤਰਿਆ ਤਾਂ ਅਗਲਾ ਜੁਮਲਾ ਸੁਣਿਆ ਹੈ, ਸਰ ਚੁੰਮਕਿਆ ਧੀਏ ਤਹ ਰੁਲਣਾ ਹੈ ਸੌੜੀਆਂ, ਤਹ ਰੁਲਣਾ ਹੈ ਸੌੜੀਆਂ ਗਲੀ, ਤਹ ਰੁਲਣਾ ਹੈ ਸੌੜੀ, ਤਹ ਰੁਲਣਾ ਸੌੜੀ। ਮਾਂ ਜੋ ਆਖੇ ਸੌੜੀਆਂ ਗਲੀਆਂ ਚ ਰੁਲਣੀ, ਤਕਦੀਰ ਕੂਫੇ ਦੇ ਬਜ਼ਾਰ ਚ ਲਾਏ ਆਈ, ਹਰ ਪਾਸੋਂ ਪੱਥਰਾਂ ਦੀ ਬਾਰਿਸ਼, ਇੱਕ ਛਾਦਰ ਵੇਖ ਕੇ ਦੀ ਹਰ ਕੋਈ ਮਾਰੇ ਤੂੰ ਨਾ ਮਾਰ, ਆਦੀਏ ਮੈਂ ਕਿਉਂ ਨਾ ਮਾਰਾਂ, ਬੀਬੀ ਆਦੀਏ ਤੂੰ ਤਾਂ ਮੇਰੇ ਕੋਲ ਕੁਰਾਨ ਪੜ੍ਹਦੀ ਰਹੀ ਹੈ, ਔਰ ਲਮਾਨ ਮੈਂ ਤਾਂ ਮੌਲਾ ਲੀ ਦੀ ਥੀ ਤੂੰ ਕੁਰਾਨ ਪੜ੍ਹਿਆ ਆਈ, ਬੀਬੀ ਨੇ ਮੈਨੂੰ ਸੁਣਿਆ ਅਮੀਰ ਦੀ ਥੀ ਮਾਇਆ ਤੁਸਾਂ ਹਾਏ ਕੀਤੀ, ਉਹਨੇ ਤੜਪ ਕੇ ਡੱਠੀ ਪੈਰ ਚੁੰਮਕੇ ਦੀ ਹਾਏ ਬੀਬੀ ਤੇਰੇ ਤਾਂ ਢੇਰ ਸਾਰੇ ਫਿਰਾਂ ਹੈ, ਫਿਰਾਵਾਂ ਦੀ ਕਤਾਰ ਉਹ ਤੇ ਬਸਾਰਾਂ ਕਿਵੇਂ, ਤੜਪੀਏ ਤੇ ਅਧੀਏ ਮੇਰੇ ਮੁੱਕ ਗਏ ਮਾਣ ਫਿਰਾਵਾਂ ਦੇ, ਮੇਰੇ ਮੁੱਕ ਗਏ ਮਾਂ। ਆਖਰੀ ਜੁਮਲਾ, ਇਹ ਕੂਫੇ ਦਾ ਬਾਜ਼ਾਰ, ਤਕਦੀਰ ਲਾਈ ਸ਼ਾਮ ਦੇ ਬਾਜ਼ਾਰ ਵਿੱਚ, ਮੁਸਲਮਾਨਾਂ ਇਸਤਕਬਾਲ ਕੀਤਾ ਪੱਥਰਾਂ ਨਾਲ, ਇੱਕ ਮੱਲਾ ਵਿੱਚ ਈਸਾਈਆਂ ਦਾ ਆਏ ਲਈ ਨਾ ਦਿਨ ਪੱਥਰ ਮਾਰੋ ਸਾਡੇ ਬਾਗੀ ਆ ਗਏ, ਈਸਾਈ ਔਰਤਾਂ ਮਤ ਮਕਾਨਾਂ ਦੀਆਂ ਛੱਤਾਂ 'ਤੇ ਚੜੀਆਂ, ਪਾਦਰੀ ਸਾਹਮਣੇ ਲੱਗੇ ਹੱਥ ਬੰਨ ਕੇ ਦੇ ਹਾਲੇ ਪੱਥਰ ਨਾ ਮਰਿਆ, ਮੈਂ ਪੱਕ ਕਰ ਨਾ ਕਹਿੰਦੀ ਹਿਨ ਕੌਣ ਕਿੱਥੋਂ ਦੇ ਵਸਦੇ ਨੇ, ਬਾਜ਼ਾਰ 'ਚ ਆ ਕੇ ਇੱਕ ਬੰਦੇ ਦਾ ਦਾਮਨ ਨੱਪ ਕੇ ਤਾਂ ਦੱਸ ਸਕਦੇ ਕਹਿੰਦੀ ਕੌਣ, ਸਰ ਕਹਿੰਦੇ ਨਾ ਤਾਂ ਤੂੰ ਕੌਣ ਹੈ, ਅਦਾ ਮੈਂ ਤਾਂ ਈਸਾਈ ਹਾਂ, ਅਦੇ ਮੁੜ ਮੁਬਾਹਲਾ ਯਾਦ ਹੈ, ਅਦਾ ਬੜਾ ਯਾਦ ਹੈ, ਜਿਹੜਾ ਮੁਸਲਮਾਨਾਂ ਦੇ ਰਸੂਲ ਦੀ ਝੋਲੀ ਜਨੂਰੀ ਸ਼ਕਲ ਵਾਲਾ ਬੱਚਾ ਉਹ ਵੀ ਯਾਦ ਆਈ, ਅਦਾ ਬੜਾ ਯਾਦ ਹੈ, ਉਹਦਾ ਨਾਂ ਹੁਸੈਨ ਆਈ, ਅਦਾ ਪਹਿਲੇ ਨੇਜ਼ੇ ਤੇ ਉਸੇ ਦਾ ਸਰ ਰਹੀ, ਤੁਸਾਂ ਹਾਏ ਕੀਤੀ ਪਾਦਰੀ
دیوار ٹکر ماری قوم دے سامنے آ کے تے ہاتھ بن کے تے مکاناں دی چھتاں دلے او گھراں دے دروازے بند کر لو تے اکھی بند کر لو میں پاک کر کے آیا جڑی بی بی مبالج گئی ہے او دیاں دو تھیاں بلائی